ਐਡਾ ਹਸਪੀਟਲ ਵਾਲੇ ਟਾਈਮ ਲਾਉਂਦੇ ਨੇ। ਬੈਠ ਬਿੱਲੂ, ਤੂੰ ਪੁੱਤ ਸਵੇਰੇ 11 ਵਜੇ ਦਾ ਨਿਕਲਿਆ ਘਰੋਂ ਤੇ ਆ 7 ਵਜ ਗਏ ਹੁਣ ਆ ਰਹੇ ਹੈ ਤੇ ਇੰਨਾ ਟਾਈਮ ਕਿੱਥੇ ਰਹੇ ਹੈ? ਉਹ ਮੰਮੀ ਹਸਪੀਟਲ ਇਹਨੂੰ ਚੈੱਕ ਕਰਾਉਣ ਗਿਆ ਸੀਗਾ। ਉਹ ਡਾਕਟਰ ਨੇ ਕਹਿੰਦੀ ਪਹਿਲਾਂ ਇਹਦੀ ਅਲਟਰਾਸਾਊਂਡ ਕਰਾਓ, ਫਿਰ ਅਲਟਰਾਸਾਊਂਡ ਕਰਾਈ ਕਿਸੇ ਹੋਰ ਜਗ੍ਹਾ ਜਾ ਕੇ, ਫਿਰ ਉੱਥੇ ਜਾ ਕੇ ਦੁਬਾਰਾ ਰਿਪੋਰਟ ਚੈੱਕ ਕਰਾਈ, ਫਿਰ ਕਹਿੰਦੀ ਇਹਦੇ ਟੈਸਟ ਕਰਾਓ। ਉਹ ਸਵੇਰ ਦਾ 11 ਵਜੇ ਦਾ ਬੜਿਆ ਬੜਿਆ ਹੁਣ 7 ਵਜੇ ਕੱਢਿਆ ਉਹਨਾਂ ਨੇ ਸਾਨੂੰ ਉੱਥੋਂ। ਅਲਟਰਾਸਾਊਂਡ ਹੋ ਗਈ? ਹਾਂ। ਕੀ ਆਇਆ ਉਹਦੇ ਵਿੱਚ, ਕੁਝ ਦੱਸਿਆ ਡਾਕਟਰ ਨੇ? ਹਾਂਜੀ ਮੰਮੀ, ਹੋ ਗਈ ਅਲਟਰਾਸਾਊਂਡ। ਰਿਪੋਰਟ ਤਾਂ ਉਹਨਾਂ ਨੇ ਨਾਲ ਹੀ ਦੇਤੀ ਸੀਗੀ ਅੱਧੇ ਘੰਟੇ ਬਾਅਦ ਹੀ, ਤੇ ਬੱਚਾ ਵੀ ਕਹਿੰਦੇ ਠੀਕ ਆ, ਹੈਲਦੀ ਆ, ਤੇ ਉਹਨਾਂ ਨੇ ਸਗੋਂ ਮੈਨੂੰ ਤਾਂ ਉਹਦੇ ਪਾਰਟ ਵੀ ਦਿਖਾਏ, ਹਿਲਦਾ ਜੁਲਦਾ ਮੈਂ ਸਾਰਾ ਹੀ ਦੇਖਿਆ। ਅੱਛਾ, ਅਲਟਰਾਸਾਊਂਡ ਦੇ ਵਿੱਚ ਇਹ ਵੀ ਦੱਸ ਦਿੰਦੇ ਨੇ ਕਿ ਬੱਚਾ ਹਿਲਦਾ ਜੁਲਦਾ ਹੈ? ਓ ਹਾਂ ਮੰਮੀ, ਦੁਨੀਆ ਬਹੁਤ ਐਡਵਾਂਸ ਹੋ ਗਈ ਹੈ, ਉਹ ਸਾਰਾ ਕੁਝ ਦਿਖਾਉਂਦੇ ਨੇ ਅਲਟਰਾਸਾਊਂਡ ਚ। ਆ ਦੇਖੋ ਬੱਚਾ ਕੀ ਕਰਦਾ ਪਿਆ, ਬੱਚੇ ਦੀ ਲੱਤ, ਬੱਚੇ ਦੀ ਬਾਂਹ, ਹਾਰਟ ਬੀਟ ਵਗੈਰਾ ਸਭ ਸੁਣਾਉਂਦੇ ਨੇ। ਦੁਨੀਆ ਬਹੁਤ ਐਡਵਾਂਸ ਹੋ ਗਈ ਹੁਣ ਤਾਂ। ਅੱਛਾ। ਹਾਂਜੀ ਮੰਮੀ, ਬੱਚਾ ਨਾ ਉਬਾਸੀ ਲੈ ਰਿਹਾ ਸੀ, ਦਿਖਾਇਆ ਸੀ ਮੈਨੂੰ ਉਹਨਾਂ ਨੇ, ਤੇ ਮੈਂ ਦੇਖ ਕੇ ਬੜੀ ਖੁਸ਼ ਹੋਈ। ਜਾ ਬੱਬਲੀ, 2 ਕੱਪ ਚਾਹ ਬਣਾ ਲੈ ਯਾਰ, ਸਵੇਰ ਦੇ ਹੀ ਤੁਰੇ ਫਿਰਦੇ ਆ, ਖਾਦਾ ਵੀ ਨਹੀਂ ਕੁਛ। ਚਲੋ ਠੀਕ ਹੈ, ਮੈਂ ਬਣਾ ਕੇ ਲਿਆਂਦੀ। ਇਹ ਦਿਖਾਈ ਜਰਾ ਮੈਨੂੰ ਕਿੱਦਾਂ ਦੀ ਹੁੰਦੀ ਹੈ ਅਲਟਰਾਸਾਊਂਡ। ਲੈ ਮੰਮਾ। ਸਾਰਾ ਕੁਝ ਐ ਦੱਸ ਦਿੰਦੇ ਡਾਕਟਰ। ਸਾਰਾ ਕੁਝ ਮਤਲਬ ਸਾਰਾ ਕੁਝ ਦੱਸ ਦਿੰਦੇ ਐ? ਹਾਂ, ਸਾਰਾ ਕੁਝ ਮਤਲਬ ਸਾਰਾ ਕੁਝ। ਡਾਕਟਰ ਨੇ ਕੁਝ ਤੈਨੂੰ ਵੀ ਦੱਸਿਆ ਕਿ ਸਾਰਾ ਕੁਝ ਬਬਲੀ ਨੂੰ ਹੀ ਦੱਸਿਆ? ਉਹ ਮੰਮੀ, ਉਹਨੇ ਨਾ ਮੈਨੂੰ ਡਾਕਟਰ ਨੇ ਅੰਦਰ ਹੀ ਬੁਲਾ ਲਿਆ ਸੀ, ਤੇ ਉਹਨੇ ਮੈਨੂੰ ਆਪ ਦਿਖਾਇਆ, ਕਹਿੰਦਾ ਆ ਦੇਖੋ ਸਾਰਾ ਕੁਝ ਦੱਸਿਆ ਨੇ ਮੈਨੂੰ। ਅੱਛਾ, ਤੇ ਉਹਨੇ ਇਹ ਵੀ ਦੱਸਿਆ ਕਿ ਮੁੰਡਾ ਹੈ ਕਿ ਕੁੜੀ ਹੈ? ਚੁੱਪੀ ਕਰ ਗਿਆ, ਬੋਲਦਾ ਨੀ। ਡਾਕਟਰ ਨੇ ਦੱਸਿਆ ਵੀ ਇਹ ਮੁੰਡਾ ਕਿ ਕੁੜੀ? ਉਹ ਨਹੀਂ ਮੰਮੀ, ਡਾਕਟਰ ਨਹੀਂ ਦੱਸਦੇ ਕੁੜੀ ਹੈ ਕਿ ਮੁੰਡਾ, ਨਾ ਡਾਕਟਰ ਨੇ ਦੱਸਿਆ ਤੇ ਨਾ ਅਸੀਂ ਪੁੱਛਿਆ। ਹਾਏ ਹਾਏ ਪਾਗਲ, ਐਡੀ ਮਹਿੰਗੀ ਸਕੈਨ ਕਰਵਾ ਕੇ ਆਇਆ ਤੇ ਮੇਨ ਗੱਲ ਤੂੰ ਪੁੱਛ ਕੇ ਵੀ ਨਹੀਂ ਆਇਆ। ਉਹ ਮੰਮੀ, ਇਹ ਤੁਹਾਡੇ ਟਾਈਮ ਹੀ ਸੀ, ਅਦਾਈਆਂ ਪਤਾ ਕਰ ਲੈਂਦੀਆਂ ਸੀ ਕੁੜੀ ਹੈ ਕਿ ਮੁੰਡਾ। ਉਹ ਜ਼ਿਆਦਾ ਲੋਕਾਂ ਨੇ ਸੁਣ ਕੇ ਨਾ ਵੀ ਕੁੜੀ ਹੈ ਕੁੜੀ ਹੈ ਢਿੱਡਾਂ 'ਚ ਮਾਰਨੀਆਂ ਸ਼ੁਰੂ ਕਰਤੀਆਂ, ਉਦੋਂ ਤਾਂ ਡਾਕਟਰਾਂ ਨੇ ਦੱਸਣਾ ਬੰਦ ਕਰਤਾ ਕੁੜੀ ਹੈ ਕਿ ਮੁੰਡਾ। ਅੱਛਾ ਮੰਮੀ, ਨਾਲੇ ਸਰਕਾਰ ਵੱਲੋਂ ਹੁਕਮ ਹੈ ਕਿ ਜੇ ਕਿਸੇ ਹਸਪੀਟਲ ਵਾਲੇ ਨੇ ਦੱਸਿਆ ਕੁੜੀ ਹੈ ਕਿ ਮੁੰਡਾ, ਉਸ ਹਸਪੀਟਲ ਤੇ ਕੇਸ ਵੀ ਹੋਊਗਾ, ਉਹਦਾ ਲਾਇਸੈਂਸ ਵੀ ਰੱਦ ਕੀਤਾ ਜਾਊਗਾ। ਚੱਲ ਆਪਾਂ ਕੀ ਕਰਨਾ, ਪਤਾ ਕਰਕੇ ਮੁੰਡਾ ਹੈ ਕਿ ਕੁੜੀ ਹੈ, ਰੱਬ ਬਸ ਜੀ ਦੇ ਦੇਵੇ। ਹਾਂ ਚੱਲ, ਉਹਦਾ ਚਾਹ ਬਣ ਗਈ ਹੈ ਤੇ ਮੈਂ ਆਪਦੇ ਕਮਰੇ 'ਚ ਫਰੈਸ਼ ਫਰੁਸ਼ ਹੋ ਕੇ ਚਾਹ ਪੀ ਲਵਾਂ। ਚੱਲ ਜਾ। ਲਿਖਿਆ ਤੇ ਹੋਣਾ ਚਾਹੀਦਾ ਹੈ ਮੁੰਡਾ ਹੈ ਕਿ ਕੁੜੀ ਹੈ, ਕਿੱਦਾਂ ਪਤਾ ਲਾਵਾਂ ਇਹਦੇ ਵਿੱਚੋਂ ਕਿ ਮੁੰਡਾ ਹੈ ਕਿ ਕੁੜੀ ਹੈ? ਬਬਲੀ ਚਾਹ ਬਣਾ ਕੇ ਉੱਤੇ ਲੈ ਆਈ ਯਾਰ, ਮੈਂ ਫਰੈਸ਼ ਹੋ ਜਾਣਾ, ਗੰਦੇ ਜਿਹੇ ਕੱਪੜੇ ਪਾਏ ਹੋਏ ਨੇ। ਹਾਂਜੀ ਜੀ, ਲੈ ਆਨੀ ਆ ਮੈਂ ਕੋਈ ਨਾ। ਚਲ ਜਦੋਂ ਚਾਹ ਬਣਦੀ ਹੈ ਮੇਰੇ ਬੋਰਡ ਵਾਲਾ ਲਫਾਫਾ ਚੱਕ। ਇੱਕ ਵਾਰੀ ਪਤਾ ਲੱਗ ਜਾਵੇ ਮੁੰਡਾ ਹੈ ਕਿ ਕੁੜੀ ਹੈ, ਤੇ ਜੇ ਹੋ ਗਈ ਕੁੜੀ ਤੇ ਇਹਨੂੰ ਹਸਪਤਾਲੋਂ ਹੀ ਸਿੱਧਾ ਇਹਦੇ ਪੇਕੇ ਭੇਜ ਦੇਣਾ ਮੈਂ। ਇੱਕ ਵਾਰੀ ਪਤਾ ਲੱਗ ਜਾਵੇ ਮੁੰਡਾ ਹੈ ਕਿ ਕੁੜੀ ਹੈ, ਤੇ ਜੇ ਹੋ ਗਈ ਕੁੜੀ ਤੇ ਇਹਨੂੰ ਹਸਪਤਾਲੋਂ ਹੀ ਸਿੱਧਾ ਇਹਦੇ ਪੇਕੇ ਭੇਜ ਦੇਣਾ ਮੈਂ। ਆ ਗਏ ਆ ਗਏ ਡਾਕਟਰ ਜੀ, ਤੁਸੀਂ ਹੋਰ ਕਿੱਦਾਂ, ਠੀਕ ਹੋ ਨਾ? ਆ ਜਰਾ ਇਹਦੇ ਚ ਨਾ ਰਿਪੋਰਟ ਚ ਮੈਨੂੰ ਦੱਸੋ ਬਈ ਮੁੰਡਾ ਹੈ ਕਿ ਕੁੜੀ ਹੈ। ਆ ਦੇਖੋ ਆ ਜਰਾ। ਆਂਟੀ ਜੀ, ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਸਕੈਨ ਤੋਂ ਕੀ ਲੈਣਾ ਦੇਣਾ ਹੈ, ਮੁੰਡਾ ਹੋਏ ਕੁੜੀ ਹੋਏ?
मैं समझी नहीं ताडी गल डॉक्टर जी। आंट जी रब ने ताडी नूं एक मुंडा दिता होया है जे परमात्मा ती दे भी देगा ते काहदा डर है। डॉक्टर जी गुजारता ना पाओ, मैं पैसे दे के काम कराना है। मैनूं सही सही दसो मुंडा है कि कुड़ी है, नहीं तो मैं किसी होर नूं धक्का दांगी। आंट जी मैनूं गल दसो, जे मैं तुहानूं कह दिंदी हां कि इहदे च कुड़ी है फिर दसो। ना ना डॉक्टर जी ऐदां ना करो, मैनूं ना होर एक मुंडा चाहीदा है। कम से कम दो मुंडे हो जाएंगे ना रिश्तेदारां च मेरी टोर बन जूगी, नाले प्यो दीआं दो बाहां होणीआं चाहीदीआं। आंट जी तुसीं अपनी सोच हले भी पुरानी सोच रखी हुई है, अपनी सोच बदलो। अजकल कुड़ियां भी किसी नालों घट नहीं हुंदीआं। जे मोटे नाल मोटा जोड़ के पुत्तर चलदे ने ना, ते अजकल धीआं भी हुंदीआं बराबर चलदीआं ने। मैं भी एक कुड़ी हाँ, देखो अज दे टाइम च मैं डॉक्टर हाँ, ते की गल मैं अपने प्यो दे नाल तुरदी नहीं मोटे नाल मोटा जोड़ के। आंट जी अज दे टाइम ते मेरे भी दो ब्रदर ने, लेकिन मेरे पापा मेरे ते प्राउड फील करदे ने। दोनों मुंडिया का नाम नहीं लैंदे कि वह की ने, पर वो सारे नूं इही दसदे ने कि मेरी बेटी डॉक्टर है। अपनी सोच हुण ना बदल दवो। तुसीं इह चीज़ सोचो कि जिहड़े भी बच्चे ने आना उन्हें अपने कर्म नाल लैके आने ने। जन्म तो देने वाली एक लेडी है ना, चाहे मुंडे नूं जन्म दवे चाहे लड़की नूं जन्म दवे। ये देखो कि दोनों चीज़ां तंदुरुस्त होनी चाहिए, माँ भी और बच्चा भी। धन्यवाद तुहाडा डॉक्टर जी, तुसीं ते ना मेरियां अखां ही खोलतीआं। मैं सोचिया सी कि मेरी रिश्तेदारां विच टोर बन जाएगी, पर मैनूं ऐ नहीं सी पता कि धीआं बगैर भी घर सुन्ना सुन्ना लगदा है। आंटी जी तुसीं पुरानी कहावत सुनी तां होएगी, लोकी कहिंदे हुंदे सी ना पुत्त वंडान जमीना धीआं दुख वंडांदीआं ने। हुण अपनी सोच नूं ना तुसीं बदल दवो, अज दे जमाने दे नाल चलो, पुरानी सोच ना रखो अपनी। आंटी जी मैं तुहानूं इक गल होर कहनी सीगी, लेडीज जो बच्चे नूं जन्म दिंदी है ना, चाहे वह लड़की नूं दवे चाहे वह लड़के नूं दवे, दर्द तां उहनूं ओना ही होना है। सो आंटी जी रिक्वेस्ट है तुहाडे अग्गे, हुण तुसीं अपनी सोच नूं बदल दिओ। जी किवें दी लगी वीडियो? सो मैं उन्हां सारे डॉक्टरों को एक रिक्वेस्ट करना चाहना कि चार क पैसों पिछे अपना जमीर ना मारिया करो, तो एवें ना दस दया करो कि कुड़ी होनी है कि मुंडा होना, क्योंकि तुहाडे एक छोटी जी आह गल दसन नाल एक प्रैगनेंट लेडी की सारी लाइफ बदल जाती है, वो घरदिआं दे उहदे प्रति रिएक्शन बदल जाते हैं। तो उन्हां सस्सां नूं भी रिक्वेस्ट करदा वा कि तुसीं आप दी खुशी दे नाल नाल अपने नूंह पुत दी भी खुशी देखिया करो, तो लोड़ तो वध ना मंगिया करो, जो रब ने देना उहने देना ही है। ते वीडियो नूं शेयर जरूर कर दिओ, लाइक कमेंट तो तुसीं आप ही कर दिंदे हो। धन्यवाद।